ਹਾਂ ਜੀ, ਸਾਡੀ ਫੈਕਟਰੀ ਦਾ ਲੜਕਾ ਹੈ। ਹਾਂ ਜੀ, ਕੀ ਨਾਮ ਜੀ ਉਹਦਾ? ਪ੍ਰਦੀਪ ਕੁਮਾਰ। ਤੇ ਕਿੱਥੋਂ ਦਾ ਰਹਿਣ ਵਾਲਾ ਸੀ? ਪੁਤਲੀ ਘਰ। ਤੇ ਫੈਕਟਰੀ ਤੋਂ ਘਰ ਜਾ ਰਿਹਾ ਸੀ? ਘਰ ਛੁੱਟੀ ਕਰਕੇ ਜਾ ਰਿਹਾ ਸੀ। ਤੇ ਕੀ ਐਕਸੀਡੈਂਟ ਕਿਹੜੀ ਜਗ੍ਹਾ ਤੇ ਹੋਇਆ? ਰਾਮਤਲਾਈ ਰੌਂਡ ਸੈਂਡ ਪੁੱਲ ਤੋਂ। ਪੁੱਲ ਤੋਂ? ਹਾਂ ਜੀ। ਤੇ ਐਕਸੀਡੈਂਟ ਕਾਹਦੇ ਕਿਸ ਗੱਡੀ ਦੇ ਨਾਲ ਹੋਇਆ? ਉਹ ਸਾਨੂੰ ਇੰਨਾ ਨਹੀਂ ਪਤਾ ਸਰ, ਅਸੀਂ ਤਾਂ ਭੱਜ ਦੌੜ 'ਚ ਫੋਨ ਆਇਆ ਕਿਸੇ ਦਾ ਅਤੇ ਅਸੀਂ ਆ ਗਏ ਹਾਂ। ਲੜਕੇ ਜਾਣ ਠੀਕ ਹੈ, ਬਾਕੀ ਹੈਲਮੈਟ ਪਾਇਆ ਸੀ ਉਹਨੇ, ਬਾਕੀ ਲੱਤਾਂ ਦੇ ਥੋੜ੍ਹਾ ਹੈ, ਬਚਾਅ ਹੋ ਗਿਆ। ਹਾਂਜੀ ਹਾਂਜੀ ਸਰ, ਮੋਟਰਸਾਈਕਲ ਉਹ ਵਿੱਚ ਸਾਰਾ ਲੱਗਾ ਹੈ ਸਰ। ਮੇਰਾ ਨਾਮ ਜੀ ਉਮੇਸ਼ ਕੁਮਾਰ। ਅਤੇ ਕੀ ਹੋਇਆ, ਕੀ ਕਿਹੜਾ ਐਕਸੀਡੈਂਟ ਹੋਇਆ? ਭਾਅ ਜੀ, ਬੰਦਾ ਉੱਤੋਂ ਥੱਲੇ ਡਿੱਗਾ, ਹੈਲਮਟ ਪਾਇਆ ਸੀ ਅਤੇ ਹੈਲਮਟ ਕਰਕੇ ਉਹਦਾ ਬਚਾਅ ਹੋਇਆ, ਲੱਤਾਂ ਉਹਦੀਆਂ ਦੋਵੇਂ ਫੈਕਚਰ ਹੋ ਗਏ। ਹਾਂਜੀ, ਮੁੰਡੇ ਦੀ ਵੀ ਪਛਾਣ ਹੋਈ, ਕੌਣ ਹੈਗਾ ਜੀ, ਕਿੱਥੋਂ ਆ ਰਿਹਾ? ਪਛਾਣ ਉਹਦੇ ਮਾਲਕ ਆ ਗਏ ਸੀ ਫੈਕਟਰੀ, ਬੈਟਰੀ ਰਿਕਸ਼ੇ ਵਾਲੇ ਜਿਹੜੇ ਆਏ ਉਹ ਫੋਨ ਚੁੱਕੇ ਭੱਜ ਗਏ। ਠੀਕ ਹੈ। ਅਤੇ ਕੋਈ ਲਾਗੇ ਖਲੋਤਾ ਨਹੀਂ। ਠੀਕ ਹੈ। ਔਨ ਦੀ ਸਪੋਰਟ 'ਤੇ ਖਲੋਣਾ ਚਾਹੀਦਾ, ਅੱਜ ਕੱਲ੍ਹ ਤਾਂ ਭਾਵੇਂ ਕਿਸੇ ਨੂੰ ਵੀ ਕੁਛ ਹੋ ਸਕਦਾ। ਬੰਦੇ ਦੀ ਪਛਾਣ ਹੋਈ ਕੋਈ, ਕੌਣ ਹੈਗਾ ਜੀ? ਹਾਂ, ਵਰਕਰ ਹੈਗਾ ਸੀ ਕਿਸੇ ਫੈਕਟਰੀ ਦਾ। ਠੀਕ ਹੈ। ਸੁਪਰਵਾਈਜ਼ਰ ਸੀ। ਮੋਬਾਈਲ ਡਿੱਗਿਆ, ਕੋਈ ਬੈਟਰੀ ਆ, ਬੈਟਰੀ ਰਿਕਸ਼ੇ ਵਾਲਾ ਫੋਨ ਚੁੱਕ ਕੇ ਲੈ ਗਿਆ, ਚੁੱਕਣ ਦੀ ਬਜਾਏ ਕਮ ਸੇ ਕਮ ਵੇਖੋ ਤੇ ਸਹੀ ਵੀ ਬੰਦਾ ਡਿੱਗਾ ਜਾਂ ਹੈਗਾ ਜਾਂ ਮਰ ਗਿਆ। ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ, ਅੱਜ ਉਹਦੇ ਨਾਲ ਆਇਆ, ਕੱਲ ਨੂੰ ਮੇਰੇ ਨਾਲ ਵੀ ਹੋ ਸਕਦਾ, ਕਿਸੇ ਨਾਲ ਵੀ ਹੋਏਗਾ। ਜੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ, ਇਸ ਤਰ੍ਹਾਂ ਜਿਹੜਾ ਮਰ ਜਾਏਗਾ ਬੰਦਾ, ਸਾਡੇ ਲਈ ਵੀ ਕੋਈ ਥੋੜਾ ਇਨਸਾਨੀਅਤ ਵੇਖਣਾ ਚਾਹੀਦਾ ਲੋਕਾਂ ਨੂੰ। ਫੋਨ ਚੁੱਕਿਆ ਭੱਜਿਆ, ਬਾਕੀ ਹੈਗਾ ਹੈਲਮਟ ਜ਼ਰੂਰ ਪਾਓ ਤੇ ਰੋਂਗ ਸਾਈਡ ਦਾ ਕੋਈ ਇੰਤਜ਼ਾਮ ਸਰਕਾਰ ਨੂੰ ਕਰਨਾ ਚਾਹੀਦਾ, ਜਾਨ ਬਚਾ ਕੇ। ਜਾਨ ਬਚਾ ਦੇ, ਬਹੁਤ ਜ਼ਿਆਦਾ ਲੱਤਾਂ ਫ੍ਰੈਕਚਰ ਹੈ, ਹੋ ਸਕਦਾ ਰੀੜ ਦੀ ਹੱਡੀ ਫ੍ਰੈਕਚਰ ਹੋਵੇ, ਹੈਲਮਟ ਨੇ ਜਾਨ ਬਚਾ, ਹੈਲਮਟ ਨੇ। ਬਾਕੀ ਸਰਕਾਰ ਨੂੰ ਚਾਹੀਦਾ ਜਿਹੜਾ ਰੋਂਗ ਸਾਈਡ ਚੜ੍ਹਦੇ ਨੇ ਪੱਕਾ ਨਾਕਾ ਲਾਇਆ ਜਾਵੇ, ਤਾਂ ਕਿ ਰਾਤ ਨੂੰ ਵੀ ਲੋਕੀ ਨਾ ਚੜ੍ਹਨ। ਹੁਣ ਸਾਨੂੰ ਪੱਕਾ ਕਲੀਅਰ ਨਹੀਂ ਗਾ ਕਿ ਉਹ ਰੋਂਗ ਸਾਈਡ ਤੋਂ ਡਿੱਗਾ ਕਿ ਉਹ ਸਹੀ ਆ ਰਿਹਾ ਸੀ, ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹਜੇ। ਭਾਈ ਫਿਲਹਾਲ ਤਾਂ ਐਂਬੂਲੈਂਸ ਕਰਕੇ ਤਾਂ ਉਹਨੂੰ ਭੇਜਣ ਦੀ ਕੀਤੀ, ਮਾਲਕ ਵੀ ਉਹਦੇ ਆ ਗਏ ਸੀ, ਉਹ ਲੈ ਕੇ ਗਏ, ਬਾਕੀ ਉਹਦੀ ਵਾਹਿਗੁਰੂ ਰੱਖਿਆ ਕਰੇ ਉਹਦੀ ਸਿਹਤ ਦੀ। ਹਾਦਸਾ ਅਜੇ ਜਾਂਚ ਕਰਦੇ ਪਏ ਆ ਜੀ, ਇੱਥੋਂ ਮੈਂ ਪੈਟਰੋਲਿੰਗ ਕਰਦਾ ਆਣ ਡਿਆ, ਬੰਦਾ ਇੱਥੇ ਡਿੱਗਿਆ ਸੀ, ਜਾਂ ਡਿਊਟੀ ਅਫਸਰ ਸਾਡੇ ਆਏ ਆ, ਪਤਾ ਲੱਗਾ ਵੀ 92 ਜਾ ਰਿਹਾ, ਉੱਤੇ ਕੋਈ ਲੱਗੀ ਗੱਡੀ ਦੇ ਨਾਲ, ਥੱਲੇ ਡਿੱਗ ਪਿਆ ਪੁਲ ਤੋਂ, ਅਤੇ ਅਸੀਂ ਮੌਕੇ 'ਤੇ ਐਂਬੂਲੈਂਸ ਬੁਲਾ ਕੇ ਅਤੇ ਡਿਊਟੀ ਅਫਸਰ ਆਏ, ਇਹਨਾਂ ਨੂੰ ਹੌਸਪੀਟਲ ਨੂੰ ਭੇਜਿਆ। ਉਤਰਾ ਠੀਕ ਆ, ਉਹਦੇ ਮਤਲਬ ਕਿ ਲੱਤਾਂ ਨੂੰ ਸੱਟਾਂ ਲੱਗੀਆਂ, ਹਾਂ ਪੁਲ ਤੋਂ ਉੱਤੋਂ ਡਿੱਗਿਆ, ਸਾਡੇ ਆਉਣ ਤੋਂ ਪਹਿਲਾਂ ਡਿੱਗ ਪਿਆ ਸੀ। ਨਹੀਂ ਉਹ ਦੇਖਦੇ ਹਾਂ ਜੀ, ਜਾਂਚ ਕਰਦੇ ਹਾਂ, ਕੁਛ ਨਹੀਂ ਪਤਾ ਅਜੇ। ਡਿਊਟੀ ਅਫਸਰ ਆਏ ਆ, ਥਾਣੇ ਤੋਂ ਸੱਦੇ ਆ, ਉਹ ਦੇਖਦੇ ਹਾਂ ਕੀ ਗੱਲ ਹੋਈ ਆ, ਉਹ ਸਾਰੀ ਵੈਰੀਫਾਈ ਕਰਕੇ ਦੱਸਣਗੇ। ਦੇਖਦੇ ਹਾਂ ਜੀ, ਅਸੀਂ ਤਾਂ ਥੱਲਿਓਂ ਆ ਰਹੇ ਸੀ ਪੈਟਰੋਲਿੰਗ ਕਰਦੇ, ਅਤੇ ਜਦੋਂ ਸਾਨੂੰ ਪਤਾ ਲੱਗਾ, ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭੇਜਿਆ ਵਾ, ਬਾਕੀ ਉਹਨਾਂ ਦੇ ਪਤਾ ਲੱਗੂਗਾ ਬਿਆਨਾਂ 'ਤੇ, ਜਾਂ ਜਦੋਂ ਹੋਸ਼ ਥੋੜ੍ਹੀ ਕਰਦੇ ਆ ਵੀ ਕੀ ਗੱਲ ਹੋਈ ਆ, ਫਿਰ ਜੋ ਵੀ ਹੋਊਗਾ। ਮੌਕੇ 'ਤੇ ਡਿਊਟੀ ਅਫਸਰ ਆਏ ਸਾਡੇ, ਉਹ ਜੋ ਵੀ ਬਣਦੀ ਕਾਰਵਾਈ ਉਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।